ਸਨਮਾਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਮਹਾਰਾਜ, ਜਿਨ੍ਹਾਂ ਨੇ ਅੱਜ ਦੇ ਦਿਨ ਹਿੰਦੂ ਧਰਮ ਨੂੰ ਤਿਆਗ ਕੇ ਬੁੱਧ ਧਰਮ ਦੀ ਦੀਕਸ਼ਾ ਲਈ ਸੀ ਨਾਗਪੁਰ ਦੀ ਧਰਤੀ ਤੇ। ਅੱਜ ਅਸੀਂ ਉਹਨਾਂ ਦਾ ਜੋ ਧਰਮ ਪਰਿਵਰਤਨ ਦਿਵਸ ਮਨਾਉਣ ਦੇ ਲਈ ਇੱਥੇ ਡਾਕਟਰ ਅੰਬੇਡਕਰ ਚੌਂਕ ਦੇ ਵਿੱਚ ਇਕੱਤਰਿਤ ਹੋਏ ਹਾਂ। ਮੇਰੇ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਹਨ, ਮੈਂ ਸਾਰਿਆਂ ਨੂੰ ਕੋਟਨ ਕੋਟਨ ਪ੍ਰਣਾਮ ਕਰਦੀ ਹਾਂ ਕਿ ਅੱਜ ਅਸੀਂ ਇੱਕਜੁੱਟ ਹੋ ਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨੂੰ ਸਮਾਜ ਤੱਕ, ਜਨ ਜਨ ਤੱਕ ਪਹੁੰਚਾਉਣ ਦਾ ਜੋ ਬੀੜਾ ਚੁੱਕਿਆ ਹੈ, ਇਹਨੂੰ ਆਪਾਂ ਕਾਮਯਾਬ ਕਰੀਏ। ਸਾਡੇ ਮਾਨਯੋਗ ਸਾਹਿਬ ਕਾਂਛੀ ਰਾਮ ਜੀ ਮਹਾਰਾਜ, ਜਿਨ੍ਹਾਂ ਦਾ 9 ਅਕਤੂਬਰ ਨੂੰ ਮਹਾਂਪਰਿਨਿਰਵਾਣ ਦਿਵਸ ਮਨਾਇਆ ਗਿਆ ਹੈ, ਉਸ ਦਿਨ ਅਸੀਂ ਨਾ ਮਨਾ ਕੇ ਅੱਜ ਅਸੀਂ ਕੌਮਨ ਲੈਵਲ 'ਤੇ ਮਨਾ ਕੇ ਅਸੀਂ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਔਰ ਉਹਨਾਂ ਦੀ ਸੋਚ ਨੂੰ ਸਲਿਊਟ ਕਰਦੇ ਹਾਂ, ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨੂੰ ਅੱਗੇ ਲੈ ਕੇ ਘਰ ਘਰ ਤੱਕ ਪਹੁੰਚਾਇਆ ਔਰ ਲੋਕਾਂ ਨੂੰ ਜਾਗਰਿਤ ਕੀਤਾ। ਅਸੀਂ ਉਹਨਾਂ ਨੂੰ ਵੀ ਕੋਟਨ ਕੋਟਨ ਪ੍ਰਣਾਮ ਕਰਦੇ ਹਾਂ ਔਰ ਆਸ ਕਰਦੇ ਹਾਂ ਆਪਣੇ ਸਮਾਜ ਤੋਂ ਕਿ ਆਓ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਉਹਨਾਂ ਦੇ ਪੋਤਾ ਸ਼੍ਰੀ ਪ੍ਰਕਾਸ਼ ਰਾਓ ਅੰਬੇਡਕਰ ਜੀ, ਜਿਨ੍ਹਾਂ ਨੇ ਅੱਜ ਪੂਰੇ ਵਰਲਡ ਦੇ ਵਿੱਚ ਤਹਿਲਕਾ ਮਚਾਇਆ ਹੋਇਆ ਹੈ। ਅੱਜ ਉਹਨਾਂ ਦਾ ਤੁਸੀਂ ਨੈੱਟ ਦੇ ਉੱਪਰ ਜਦੋਂ ਵੀ ਦੇਖੋਗੇ ਤੇ ਪ੍ਰਕਾਸ਼ ਰਾਓ ਅੰਬੇਡਕਰ ਜੀ ਦਾ ਡੇਲੀ ਕੋਈ ਨਾ ਕੋਈ ਇਹੋ ਜਿਹੀ ਸਪੀਚ ਪਾਈ ਹੋਈ ਜਿਹੜੇ ਸਾਡੇ ਸਮਾਜ ਨੂੰ ਲਿਫਟ ਅਪ ਕਰਨ ਦੇ ਲਈ, ਉੱਪਰ ਚੁੱਕਣ ਵਾਸਤੇ ਬਹੁਤ ਹੀ ਸਾਨੂੰ ਸੇਧ ਦਿੰਦੀ ਹੈ। ਮੈਂ ਸਭ ਤੋਂ ਪਹਿਲਾਂ ਆਪਣੇ ਪਾਰਟੀ ਦੇ ਅਹੁਦੇਦਾਰ ਸ਼੍ਰੀ ਰਮੇਸ਼ ਕਾਲਾ ਜੀ, ਸ਼੍ਰੀ ਹਰਦੁਆਰ ਲਾਲ ਯਾਦਵ ਜੀ, ਵਿਜੇ ਜੱਸਲ ਜੀ, ਮੈਡਮ ਚਰਨਪ੍ਰੀਤ ਕੌਰ ਜੀ, ਮੈਡਮ ਕੁਲਦੀਪ ਕੌਰ ਜੀ, ਬੀਬੀ ਗਿਆਨੋ ਜੀ ਔਰ ਉਹਨਾਂ ਦੇ ਬੇਟਾ ਰੋਬਿਨ ਜੀ, ਰੋਬਿਨਪ੍ਰੀਤ ਜੀ, ਵਿਜੇ ਜੱਸਲ, ਸਾਡੇ ਬਹੁਤ ਹੀ ਸਤਿਕਾਰਯੋਗ ਜੋ ਸਾਡਾ ਬਾਲਮੀਕੀ ਭਾਈਚਾਰਾ ਹੈ, ਸਾਡੇ ਲਵਾਰਮ ਥਾਪਰ ਜੀ ਉਚੇਚੇ ਤੌਰ 'ਤੇ ਆਪਣੇ ਰੁਝੇਵੇਂ ਨੂੰ ਤਿਆਗਦੇ ਹੋਏ, ਕਿਉਂਕਿ ਉਹ ਵੀ ਬੜੇ ਵੱਡੇ ਲੈਵਲ 'ਤੇ ਭਗਵਾਨ ਬਾਲਮੀਕ ਮਹਾਰਾਜ ਦੇ ਜੋ ਗੁਰਪੁਰਬ ਮਨਾਇਆ ਜਾਣਾ ਹੈ, ਆਗਮਨ ਪੁਰਬ ਮਨਾਉਣਾ ਹੈ, ਉਹਨਾਂ ਦੀਆਂ ਤਿਆਰੀਆਂ ਕਰ ਰਹੇ ਹਨ, ਪਰ ਅੱਜ ਸਾਡੇ ਇੱਥੇ ਸਵੇਰ ਤੋਂ 10:30 ਤੋਂ ਲੈ ਕੇ 6:30 ਪਹੁੰਚੇ ਹਨ। ਉਹਨਾਂ ਨੂੰ ਮੈਂ ਬਹੁਤ ਇੱਥੇ ਵੈਲਕਮ ਕਰਦੀ ਹਾਂ, ਧੰਨਵਾਦ ਕਰਦੀ ਹਾਂ। ਸਾਡੇ ਧਾਰਮਿਕ ਪ੍ਰਚਾਰਕ ਸਚਿਨ ਆਸੁਰ ਜੀ, ਜਿਨ੍ਹਾਂ ਦਾ ਪੂਰੀ ਦੁਨੀਆਂ ਦੇ ਵਿੱਚ ਨਾਮ, ਔਰ ਉਹਨਾਂ ਨੇ ਕੋਈ ਗੱਡੀ ਨਹੀਂ ਰੱਖੀ ਹੋਈ, ਉਹਨਾਂ ਨੇ ਕੋਈ ਵੱਡਾ ਕਹਿ ਲਓ ਕਿ ਲੋਕਾਂ 'ਚ ਲੈ ਕੇ ਆਪਣਾ ਇੱਕ ਹਊਆ ਨਹੀਂ ਬਣਾਇਆ ਕਿ ਮੈਂ ਬਹੁਤ ਵੱਡਾ ਕੰਮ ਕਰ ਰਹੇ ਹਾਂ, ਔਰ ਇੱਕ ਬਾਈਕ ਦੇ ਉੱਪਰ ਲੈ ਕੇ ਇਕੱਲੇ ਇਕੱਲੇ ਘਰ ਦੇ ਵਿੱਚ ਰਾਤ ਨੂੰ 12 ਵਜਣ, ਰਾਤ ਨੂੰ 1 ਵਜੇ, ਪੂਰੀ ਰਾਤ ਪੂਰਾ ਦਿਨ ਇਹ ਕੀਤਾ ਹੋਇਆ ਹੈ ਆਪਣੇ ਸਮਾਜ ਨੂੰ ਜਾਗਰਿਤ ਕਰਨ ਵਾਸਤੇ ਕਿ ਆਓ ਆਪਾਂ ਕਿੱਥੇ ਬੈਠੇ ਹਾਂ, ਕਿਹੜੀ ਸੋਚ ਨੂੰ ਲੈ ਕੇ ਬੈਠੇ ਹਾਂ, ਸਾਡਾ ਫਰਜ਼ ਕੀ ਬਣਦਾ ਹੈ ਗੁਰੂਆਂ ਦੇ ਪ੍ਰਤੀ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪ੍ਰਤੀ। ਮੈਂ ਉਹਨਾਂ ਨੂੰ ਵੀ ਸਲਿਊਟ ਕਰਦੀ ਹਾਂ, ਇਹੋ ਜਿਹੇ ਜੋ ਸਾਡੇ ਯੰਗਸਟਰ ਹਨ, ਸਾਡੇ ਵੀਰ ਹਨ, ਮੇਰੀਆਂ ਭੈਣਾਂ ਹਨ, ਜਿਨ੍ਹਾਂ ਨੇ ਵੈਲ ਕੁਆਲੀਫਾਈਡ ਹੋ ਕੇ ਆਪਣੀ ਨੌਕਰੀ ਛੱਡ ਕੇ ਅੱਜ ਸਮਾਜ 'ਤੇ ਆਪਣਾ ਜੀਵਨ ਲਾ ਦਿੱਤਾ ਹੈ। ਸਾਡਾ ਇਹ ਫਰਜ਼ ਬਣਦਾ ਹੈ ਕਿ ਆਪਾਂ ਆਪਣਾ ਸਮਾਜ 'ਤੇ ਜੀਵਨ ਲਾਈਏ। ਸਾਡੇ ਵਿੱਕੀ ਇਕਲਵਿਆ ਜੀ, ਇਹਨਾਂ ਨੂੰ ਮੈਂ ਵੈਲਕਮ ਕਰਦੀ ਹਾਂ, ਜਿੰਨੇ ਵੀ ਸਾਥੀ ਉਹਨਾਂ ਦੇ ਨਾਲ ਹਨ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸੇਵਾ ਸਿੰਘ ਜੀ ਜੋ ਸਾਡੇ ਸਪੋਰਟਰ ਹਨ, ਜਿਨ੍ਹਾਂ ਨੇ ਮੈਨੂੰ ਇਸ ਪਾਰਟੀ ਦੇ ਵਿੱਚ ਆਉਣ ਵਾਸਤੇ ਮਜ਼ਬੂਰ ਕੀਤਾ, ਔਰ ਮੈਂ ਉਹਨਾਂ ਨੂੰ ਵੀ ਅੱਜ ਇੱਥੇ ਆਉਣ 'ਤੇ ਵੈਲਕਮ ਕਰਦੀ ਹਾਂ। ਸਾਡੇ ਮਹਿੰਦਰਾ ਸਟੂਡੀਓ ਤੋਂ ਸ਼੍ਰੀ ਮਹਿੰਦਰ ਲਾਲ ਜੀ, ਔਰ ਸਾਡੇ ਕ੍ਰਾਂਤੀ ਟੀਵੀ, ਕ੍ਰਾਂਤੀ ਟੀਵੀ ਇੱਕ ਉਹ ਟੀਵੀ ਹੈ, ਚੈਨਲ ਹੈ, ਜਿਹੜਾ ਸਾਡੇ ਸਮਾਜ ਦੀ ਹੱਕ ਸੱਚ ਦੀ ਗੱਲ ਨੂੰ ਬੇਧੜਕ ਹੋ ਕੇ, ਬੇਝਿਜਕ ਹੋ ਕੇ, ਕਿਸੇ ਦੀ ਨਾ ਪਰਵਾਹ ਕਰਕੇ ਪੂਰੇ ਵਰਲਡ ਦੇ ਵਿੱਚ ਪਹੁੰਚਾ ਰਿਹਾ ਹੈ। ਉਹਨਾਂ ਦੇ ਡਾਇਰੈਕਟਰ ਸੁਰਿੰਦਰ ਪਾਲ ਜੀ, ਮੈਡਮ ਰੇਖਾ ਜੀ, ਉਹਨਾਂ ਦੇ ਛੋਟੇ
ਯੰਗ ਜੀ, ਅਸੀਂ ਉਹਨਾਂ ਨੂੰ ਵੀ ਇੱਥੇ ਆਇਆਂ ਦੇ ਵੈਲਕਮ ਕਰਦੇ ਹਾਂ ਔਰ ਉਹਨਾਂ ਦੀ ਪੂਰੀ ਅਸੀਂ ਮਨੋ ਤਨੋ ਸਪੋਰਟ ਕਰਾਂਗੇ ਕਿ ਜਿਸ ਵੀ ਲੈਵਲ ਤੇ ਉਹ ਕੰਮ ਕਰਨਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਹਰ ਸਪੋਰਟ ਕਰਾਂਗੇ ਕਿਉਂਕਿ ਇਹ ਉਹ ਚੈਨਲ ਹੈ ਜਿਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ, ਕੋਈ ਕੁਛ ਕਹੇ ਲੇਕਿਨ ਉਹ ਸੱਚ ਨਾਲ ਖੜੇ ਹਾਂ। ਸੱਚ ਦੇ ਨਾਲ ਖੜਨ ਦੇ ਲਈ ਨਾ ਬਹੁਤ ਵੱਡਾ ਜਿਗਰਾ ਚਾਹੀਦਾ, ਝੂਠ ਦੇ ਨਾਲ ਖੜਨ ਨੂੰ ਤਾਂ ਸਾਰੀ ਦੁਨੀਆ ਤਿਆਰ ਹੋ ਜਾਂਦੀ ਹੈ ਪਰ ਸੱਚ ਨਾਲ ਕੋਈ ਕੋਈ ਖੜਦਾ ਹੈ। ਇਸ ਕਰਕੇ ਅੱਜ ਜ਼ਰੂਰਤ ਹੈ ਆਪਾਂ ਨੂੰ ਸੱਚ ਤੇ ਖੜਨ ਦੀ। ਸਾਡੇ ਸਾਊਂਡ ਵਾਲੇ ਭਾਈ ਸਾਹਿਬ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਆਓ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਧਰਮ ਪਰਿਵਰਤਨ ਕਿਉਂ ਕੀਤਾ? ਜਨਮ ਹਿੰਦੂ ਧਰਮ ਦੇ ਵਿੱਚ ਲਿਆ ਲੇਕਿਨ ਪੂਰੀ ਜ਼ਿੰਦਗੀ ਉਹਨਾਂ ਨੇ ਜੋ ਜ਼ੁਰਮ ਸਹੇ ਔਰ ਇਹਨਾਂ ਲੋਕਾਂ ਦਾ ਜੋ ਸੰਵਿਧਾਨ ਬਣਾਇਆ ਹੋਇਆ ਸੀ, ਮਨੁਵਾਦੀ ਲੋਕਾਂ ਦਾ ਜੋ ਸੰਵਿਧਾਨ ਬਣਾਇਆ ਹੋਇਆ ਸੀ, ਜੋ ਸਾਡੇ ਲੋਕਾਂ ਨੂੰ ਜਾਤਾਂ ਦੇ ਵਿੱਚ ਵੰਡ ਕੇ, ਇਹ ਬਾਲਮੀਕੀ ਆ, ਇਹ ਚੂੜੇ ਆ, ਚਮਾਰ ਆ, ਇਹ ਫਲਾਨੇ ਆ, ਧੋਬੀ ਆ, ਨਾਈ ਆ, ਸ਼ਿੰਬੇ ਆ, ਸੋ ਮੈਨੀ ਜਾਤਾਂ ਦੇ ਵਿੱਚ ਇਹਨਾਂ ਮਨੁਵਾਦੀ ਸੋਚ ਦੇ ਲੋਕਾਂ ਨੇ ਸਾਨੂੰ ਵੰਡਿਆ, ਵੰਡ ਕੇ ਸਾਨੂੰ ਯੂਜ਼ ਕੀਤਾ। ਸਾਨੂੰ ਅਧਿਕਾਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਵੋਟ ਦਾ ਦਿੱਤਾ ਲੇਕਿਨ ਅੱਜ ਵੀ ਅਸੀਂ ਉਹ ਜਿਹੜਾ ਵੋਟ ਦਾ ਯੂਜ਼ ਹੈ ਮਨੁਵਾਦੀ ਲੋਕਾਂ ਦੀ ਸ਼ਹਿ ਤੇ ਕਰਦੇ ਹਾਂ, ਅਸੀਂ ਉਹਨਾਂ ਨੂੰ ਅੱਗੇ ਲਿਜਾਣ ਦੇ ਲਈ ਕਰਦੇ ਹਾਂ। ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਕੁਰਬਾਨੀ ਦਾ ਕਦੇ ਮੁੱਲ ਨਹੀਂ ਮੋੜਿਆ, ਕਦੇ ਸੋਚਿਆ ਨਹੀਂ ਹੈ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਸਰਵੰਸ ਲੁਟਾਤਾ ਸਾਡੇ ਖਾਤਰ, ਸਾਡੇ ਖਾਤਰ ਸਰਵੰਸ ਲੁਟਾਤਾ, ਸਰਵੰਸ ਦਾਨੀ ਜਿਹਨਾਂ ਨੇ ਆਪਣੇ ਚਾਰ ਹੀਰੇ ਸਾਡੇ ਸਮਾਜ ਉੱਤੇ ਵਾਰ ਦਿੱਤੇ ਔਰ ਆਪਣੀ ਪੂਰੀ ਜ਼ਿੰਦਗੀ, ਕੋਈ ਵੱਡੀ ਆਯੂ ਦੇ ਵਿੱਚ ਉਹਨਾਂ ਦੀ ਮ੍ਰਿਤਿਉ ਨਹੀਂ ਹੋਈ, ਸਿਰਫ ਤੇ ਸਿਰਫ 60 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਸਾਡਾ ਸੰਸਾਰ ਛੱਡ ਕੇ ਜਾਣਾ ਪਿਆ। ਇੰਨੀਆਂ ਬਿਮਾਰੀਆਂ ਲੱਗ ਗਈਆਂ ਕਿਉਂਕਿ 24 ਘੰਟੇ ਉਹ ਸਾਡੇ ਵਾਸਤੇ ਕਾਨੂੰਨ ਪੜਿਆ ਕਰਦੇ ਸਨ, ਸਾਡੇ ਵਾਸਤੇ ਕੋਈ ਨਾ ਕੋਈ ਨਵੀਂ ਪਲੈਨਿੰਗ ਬਣਾਉਣ ਦੀ ਸੋਚਦੇ ਸਨ। ਇੱਕ ਕੱਲਾ ਸ਼ੇਰ ਇਹਨਾਂ ਕਰੋੜਾਂ ਦੇ ਮਨੁਵਾਦੀ ਲੋਕਾਂ ਦੇ ਵਿੱਚ ਗੱਜਿਆ, ਅੱਜ ਅਸੀਂ ਕਰੋੜਾਂ ਲੋਕ 3% ਦੇ ਵਿੱਚ ਨਹੀਂ ਗੱਜ ਸਕਦੇ ਤੇ ਸਾਡੇ ਲਈ ਬਹੁਤ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਜ ਸਾਨੂੰ ਕਰੋੜਾਂ ਨੂੰ ਜ਼ਿੰਦਗੀ ਦੇਣ ਵਾਲਾ ਸਾਨੂੰ ਛੱਡ ਕੇ ਚਲਾ ਗਿਆ ਲੇਕਿਨ ਅਸੀਂ ਅੱਜ ਉਹਦੀ ਮੂਵਮੈਂਟ ਨੂੰ ਪਿੱਛੇ ਲੈ ਕੇ ਚਲੇ ਗਏ ਹਾਂ। ਆਓ, ਆਪਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਧਰਮ ਪਰਿਵਰਤਨ ਕੀਤਾ ਇਹਨਾਂ ਦੀ ਸੋਚ ਨੂੰ ਦੇਖ ਕੇ, ਕਿਉਂਕਿ ਉਹ ਟਾਈਮ ਸੀ ਜਦੋਂ ਸਾਡੇ ਲੋਕਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ। ਪੜ੍ਹਨ ਦਾ ਅਧਿਕਾਰ ਕਿਉਂ ਨਹੀਂ ਦਿੱਤਾ ਗਿਆ? ਕਿਉਂਕਿ ਇਹਨਾਂ ਦੀਆਂ ਜੋ ਮਨਘੜਤ ਕਹਾਣੀਆਂ, ਇਹਨਾਂ ਦੀ ਆਪਣੀ ਜੋ ਪਲੈਨਿੰਗ ਸੀ, ਜੋ ਕਿਤਾਬਾਂ ਲਿਖੀਆਂ ਜਾਂਦੀਆਂ ਸਨ, ਜੋ ਗ੍ਰੰਥ ਲਿਖੇ ਗਏ, ਸਾਰੇ ਝੂਠੇ ਸੀ। ਸਾਨੂੰ ਅਨਪੜ੍ਹ ਰੱਖਿਆ ਗਿਆ, ਸਾਡੇ ਸਮਾਜ ਨੂੰ ਅਨਪੜ੍ਹ ਰੱਖਿਆ ਗਿਆ ਕਿ ਉਹ ਗ੍ਰੰਥ ਨਾ ਪੜ੍ਹਨ, ਇਹ ਉਹ ਵਿਚਾਰਧਾਰਾ ਨਾ ਪੜ੍ਹਨ, ਜੇ ਪੜ੍ਹ ਗਏ ਤੇ ਇਹਨਾਂ ਨੂੰ ਸੱਚਾਈ ਦਾ ਪਤਾ ਲੱਗ ਜਾਏਗਾ, ਇਹ ਸਾਡੇ ਅੱਗੇ ਬਗਾਵਤ ਕਰ ਦੇਣਗੇ। ਅੱਜ ਸਾਡੇ ਲੋਕਾਂ ਨੂੰ ਸੰਵਿਧਾਨ ਦੇ ਮਾਧਿਅਮ ਤੋਂ ਇਹ ਜੋ ਐਜੂਕੇਸ਼ਨ ਦਾ ਅਧਿਕਾਰ ਮਿਲਿਆ, ਸਾਡਾ ਸਮਾਜ ਬਹੁਤ ਵੱਡੇ ਵੱਡੇ ਲੈਵਲ ਤੇ ਪੜ੍ਹ ਕੇ ਵੱਡੇ ਵੱਡੇ ਅਹੁਦਿਆਂ ਤੇ ਅੱਜ ਵਿਰਾਜਮਾਨ ਹੈ। ਅੱਜ ਸਾਡਾ ਸੋਸ਼ਲ ਮੀਡੀਆ ਨੇ ਸਾਡੇ ਸਮਾਜ ਨੂੰ ਜਿੰਨਾ ਜਾਗਰਤ ਕੀਤਾ ਹੈ, ਸਾਡਾ ਯੂਥ ਜਿਹੜਾ ਆ ਉਹ ਇਹਨਾਂ ਗੱਲਾਂ ਤੋਂ ਜਾਗਰੂਕ ਹੋ ਗਿਆ ਹੈ ਕਿ ਇਹਨਾਂ ਦੇ ਜੋ ਗ੍ਰੰਥ ਬਣੇ ਹੋਏ ਹਨ ਉਹ ਸਾਰੇ ਝੂਠੇ ਹਨ। ਅੱਜ ਉਹ ਝੂਠ ਨੂੰ ਤਿਆਗ ਕੇ ਸੱਚ ਦੇ ਨਾਲ ਤੁਰਨ ਨੂੰ ਤਿਆਰ ਹੋ ਗਏ ਹਨ। ਅੱਜ ਉਹਨਾਂ ਨੂੰ ਤੁਸੀਂ ਗੁੰਮਰਾਹ ਨਹੀਂ ਕਰ ਸਕਦੇ ਕਿਉਂਕਿ ਪਹਿਲੇ ਸਾਡਾ ਜੀਵਨ ਸੀ ਇੱਕ ਪਸ਼ੂ ਦੇ ਸਮਾਨ। ਪਸ਼ੂ ਹੁੰਦਾ, ਕੰਨੋਂ ਫੜਿਆ, ਸੰਗਲ ਪਾਇਆ, ਰੱਸਾ ਪਾਇਆ, ਜਿੱਥੇ ਮਰਜ਼ੀ ਬੰਨ੍ਹ ਦਿੱਤਾ, ਚਾਹੇ ਧੁੱਪਾ, ਚਾਹੇ ਮੀਂਹ ਆ, ਚਾਹੇ ਛਾਂ ਆ, ਚਾਹੇ ਧੁੱਪਾ, ਚਾਹੇ ਗਰਮੀ ਆ, ਲੇਕਿਨ ਜਦੋਂ ਬੰਦਾ ਗਿਆਨਵਾਨ ਹੋ ਜਾਂਦਾ, ਜਿਹਨੂੰ ਜਾਗਰੂਕਤਾ ਆ ਜਾਂਦੀ ਆ, ਉਹਨੂੰ ਕੋਈ ਕੰਨੋਂ ਨਹੀਂ ਫੜ ਸਕਦਾ। ਸ਼ੇਰ ਆ ਨਾ ਜੰਗਲ ਦੇ ਵਿੱਚ, ਉਹਨੂੰ ਕੰਨੋਂ ਫੜਨਾ ਕੋਈ ਸੌਖੀ ਗੱਲ ਨਹੀਂ ਹੈ। ਕਿਸੇ ਨਿਹੱਥੇ ਦੇ ਉੱਪਰ ਵਾਰ ਕੀਤਾ ਜਾਵੇ ਤਾਂ ਗੱਲ ਵੱਖਰੀ ਹੈ, ਲੇਕਿਨ ਜੇ ਉਹਨੂੰ ਪਤਾ ਹੋਵੇ ਕਿ ਮੇਰੇ 'ਤੇ ਵਾਰ ਹੋ ਰਿਹਾ ਤਾਂ ਸ਼ੇਰ ਦੇ ਉੱਤੇ ਵਾਰ ਨਹੀਂ ਹੁੰਦਾ। ਅੱਜ ਸਾਡੀ ਕੌਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸ਼ੇਰ ਬਣਾਤਾ। ਸ਼ੇਰ ਕਿਉਂ ਬਣੇ? ਐਜੂਕੇਸ਼ਨ ਲੈ ਕੇ।
ਉਹ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਐਜੂਕੇਸ਼ਨ ਉਹ ਸ਼ੇਰਨੀ ਦਾ ਦੁੱਧ ਹੈ, ਜੋ ਪੀਏਗਾ ਉਹ ਸ਼ੇਰ ਦੀ ਤਰ੍ਹਾਂ ਦਿਹਾੜੇਗਾ। ਅੱਜ ਮੇਰਾ ਸਮਾਜ, ਮੈਨੂੰ ਗਰਵ ਹੈ, ਬਹੁਤ ਫਖਰ ਹੈ ਕਿ ਸ਼ੇਰ ਦੀ ਤਰ੍ਹਾਂ ਗੱਜ ਰਿਹਾ ਹੈ। ਉਹਦਾ ਜੋ ਸਬੂਤ ਸੀ 2 ਅਪ੍ਰੈਲ ਨੂੰ ਪੂਰੇ ਭਾਰਤ ਦੇ ਵਿੱਚ ਪਤਾ ਲੱਗ ਗਿਆ, ਜਿਹਨੂੰ ਕਾਊਂਟਰ ਕਰਨ ਦੇ ਲਈ 3% ਨੇ ਜ਼ੋਰ ਲਾ ਲਿਆ, ਲੇਕਿਨ 3% ਉਹ ਸਾਡਾ ਜੋ ਭਾਰਤ ਬੰਦ ਨੂੰ ਕਾਊਂਟਰ ਨਹੀਂ ਕਰ ਸਕਿਆ। ਕੀ ਗਿੱਦੜ ਜੋ ਹੈ ਸ਼ੇਰ ਦਾ ਮੁਕਾਬਲਾ ਕਰ ਸਕਦੇ ਹੈ? ਨਹੀਂ। ਤੁਸੀਂ ਸ਼ੇਰ ਆ, ਸ਼ੇਰ ਪੁੱਤ ਦੀ ਔਲਾਦ, ਸ਼ੇਰ ਬਾਪ ਦੀ ਔਲਾਦ ਆ, ਤੁਸੀਂ ਸ਼ੇਰ ਹੋ, ਤੁਹਾਡਾ ਗਿੱਦੜਾਂ ਨਾਲ ਕੋਈ ਮੁਕਾਬਲਾ ਨਹੀਂ ਹੈ। ਪਰ ਸਾਨੂੰ ਆਪਣੀ ਸੋਚ ਬਦਲਣੀ ਪਏਗੀ, ਆਪਣੇ ਸਮਾਜ ਨੂੰ ਜਾਗਰਤ ਕਰਨਾ ਪਏਗਾ। ਸਾਨੂੰ ਵਿਰੋਧਤਾ 'ਚ ਪੈ ਕੇ ਇਹਨਾਂ ਲੋਕਾਂ ਦੀਆਂ ਜੋ ਸਾਡੇ ਲਈ ਪਲੈਨਿੰਗ ਕੀਤੀਆਂ ਜਾਂਦੀਆਂ ਹਨ, ਉਹਨਾਂ ਨੂੰ ਤਿਆਗਦੇ ਹੋਏ ਅਸੀਂ ਆਪਣੇ ਸਮਾਜ ਨੂੰ ਜਾਗਰਤ ਕਰਨਾ ਹੈ। ਅਸੀਂ ਕਿਸ ਦਿਸ਼ਾ 'ਤੇ ਲੈ ਕੇ ਜਾਣਾ ਹੈ, ਉਹ ਸਾਡਾ ਫਰਜ਼ ਬਣਦਾ ਹੈ। ਅੱਜ ਸਾਡੇ ਸਮਾਜ ਦੀ ਦਸ਼ਾ ਔਰ ਦਿਸ਼ਾ ਦੋਨੋਂ ਖਰਾਬ ਹਨ, ਪਰ ਸਾਨੂੰ ਇਕੱਠੇ ਹੋਣਾ ਪਏਗਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਇੱਕ ਬਹੁਤ ਵੱਡਾ ਇੱਕ ਸਲੋਗਨ ਦਿੱਤਾ, ਸਾਨੂੰ ਸੰਵਿਧਾਨ ਦਿੱਤਾ, ਪੜ੍ਹੋ ਜੁੜੋ ਸੰਘਰਸ਼ ਕਰੋ। ਪੜ੍ਹੋ, ਐਜੂਕੇਟ ਹੋ ਜਾਓਗੇ, ਤੁਸੀਂ ਸੱਚਾਈ 'ਤੇ ਜਾਣੂ ਹੋ ਜਾਓਗੇ, ਜੁੜਨ ਦੇ ਨਾਲ ਤੁਹਾਡੀ ਪਾਵਰ ਬਣ ਜਾਏਗੀ। ਪਾਵਰ ਦੇ ਅੱਗੇ ਕੋਈ ਨਹੀਂ ਖੜ ਸਕਦਾ। ਉਹਨਾਂ ਨੇ ਕਿਹਾ ਸੀ ਕਿ ਜਿੱਦਣ ਤੁਹਾਡੀ ਪਾਵਰ ਹੋ ਗਈ ਫਿਰ ਤੁਸੀਂ ਸੰਘਰਸ਼ ਕਰ ਸਕਦੇ ਹਾਂ, ਲੇਕਿਨ ਅੱਜ ਸਾਡਾ ਸਮਾਜ ਸੰਘਰਸ਼ ਕਰ ਰਿਹਾ, ਜੁੜ ਨਹੀਂ ਰਿਹਾ, ਇਕੱਲਾ ਇਕੱਲਾ ਹੋ ਕੇ ਸੰਘਰਸ਼ ਕਰ ਰਿਹਾ ਔਰ ਇਕੱਲਾ ਇਕੱਲਾ ਹੀ ਮਾਰ ਖਾ ਰਿਹਾ ਹੈ। ਆਓ ਆਪਾਂ ਸਮਾਜ ਨੂੰ ਉਹ ਮੈਸੇਜ ਦਈਏ ਕਿ ਆਪਾਂ ਸਭ ਤੋਂ ਪਹਿਲਾਂ ਪੜ੍ਹਨਾ ਅਤੇ ਦੂਜਾ ਅਸੀਂ ਸੰਗਠਿਤ ਹੋਣਾ। ਪੜ੍ਹਨ ਦੇ ਲਈ ਸਾਡੀ ਜੋ ਪੜ੍ਹੀ ਲਿਖੀ ਲੋਬੀ ਹੈ, ਜੋ ਸਾਡੇ ਇੰਪਲਾਈ ਲੋਬੀ ਹੈ, ਜੋ ਇੰਪਲਾਈਜ਼ ਹਨ, ਉਹਨਾਂ ਦਾ ਫਰਜ਼ ਬਣ ਜਾਇਆ ਕਰਦਾ ਹੈ ਕਿ ਆਪਣੇ ਇਨਕਮ ਦੇ ਵਿੱਚੋਂ 10% ਕੱਢ ਕੇ ਆਪਣੇ ਉਹ ਗਰੀਬ ਸਮਾਜ 'ਤੇ ਲਾਈਏ, ਉਹਨਾਂ ਬੱਚਿਆਂ ਨੂੰ ਆਪਾਂ ਪੜ੍ਹਾਈ ਦਈਏ, ਵਿੱਦਿਆ ਦਈਏ, ਤਾਂ ਜੋ ਸਾਡੇ ਆਉਣ ਵਾਲਾ ਜੋ ਅਗਲਾ ਭਵਿੱਖ ਹੈ, ਸਾਡੇ ਜੋ ਨਾਗਰਿਕ ਹੈ, ਸਾਡੇ ਜੋ ਦੇਸ਼ ਦਾ ਜਿਹਨੇ ਦੇਸ਼ ਚਲਾਉਣਾ ਹੈ, ਉਹ ਪੜ੍ਹਿਆ ਲਿਖਿਆ ਸਾਡਾ ਯੂਥ ਤਿਆਰ ਹੋ ਸਕੇ। ਮੈਂ ਇਹਨਾਂ ਸ਼ਬਦਾਂ ਦੇ ਨਾਲ ਇਸ ਮਾਧਿਅਮ ਤੋਂ, ਅੱਜ ਦੇ ਇਸ ਪਲੇਟਫਾਰਮ ਤੋਂ ਸਾਰੇ ਹੀ ਭਾਰਤ ਤੋਂ ਬਾਹਰ ਵਿਦੇਸ਼ਾਂ 'ਚ ਬੈਠੇ ਆਪਣੇ ਸਮਾਜ ਭਾਈਚਾਰੇ ਨੂੰ ਬੇਨਤੀ ਕਰਦੀ ਹਾਂ ਕਿ ਆਓ ਸਾਰੇ ਇਕੱਠੇ ਹੋ ਕੇ, ਕਿਉਂ ਗੌਰਮੈਂਟ ਸਕੂਲ ਬੰਦ ਹੋ ਰਹੇ ਹਨ, ਗੌਰਮੈਂਟ ਬਿਲਡਿੰਗਾਂ ਖਤਮ ਹੋ ਰਹੀਆਂ ਹਨ, ਗੌਰਮੈਂਟ ਟੀਚਰ ਭਰਤੀ ਬੰਦ ਹੋ ਰਹੀ ਹੈ, ਗੌਰਮੈਂਟ ਟੀਚਰਾਂ ਦੀਆਂ ਤਨਖਾਹਾਂ 45,000 ਤੋਂ ਘਟਾ ਕੇ 15,000 ਕੀਤੀਆਂ ਜਾ ਰਹੀਆਂ ਹਨ ਔਰ ਉਹਨਾਂ ਨੂੰ ਐਡਹੋਕ ਬੇਸਿਸ ਤੇ ਰੱਖਿਆ ਜਾ ਰਿਹਾ ਹੈ ਠੇਕਿਆਂ ਪ੍ਰਥਾ। ਅੱਜ ਠੇਕਾਦਾਰੀ ਜੋ ਪ੍ਰਥਾ ਸ਼ੁਰੂ ਹੋ ਗਈ ਹੈ, ਸਾਡਾ ਪੜ੍ਹਿਆ ਲਿਖਿਆ ਸਮਾਜ ਵੈਲ ਕੁਆਲੀਫਾਈਡ ਪੋਸਟ ਗ੍ਰੈਜੂਏਟ MA BEd MA BEd MA BEd 15,000 ਤੇ ਉਹਨਾਂ ਨੂੰ ਨੌਕਰੀ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਸਰਕਾਰਾਂ ਨੂੰ। ਇਹ ਬਹੁਤ ਹੀ ਨਿੰਦਣਯੋਗ ਹੈ ਔਰ ਅਸੀਂ ਸਟੇਜ ਦੇ ਮਾਧਿਅਮ ਤੋਂ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਜੋ ਟੀਚਰ ਹਨ ਸਾਡਾ, ਜੋ ਅਧਿਆਪਕ ਹੈ, ਜਿਨ੍ਹਾਂ ਨੇ ਸਾਡਾ ਦੇਸ਼ ਚਲਾਉਣਾ ਹੈ, ਸਾਡੇ ਦੇਸ਼ ਦੇ ਬੱਚਿਆਂ ਨੂੰ ਪੜ੍ਹਾ ਕੇ ਅੱਛੇ ਦੇਸ਼ ਦੀ ਸਿਰਜਣਾ ਕਰਨੀ ਹੈ, ਉਹਨਾਂ ਨੂੰ ਤੁਰੰਤ ਪੱਕੇ ਕੀਤਾ ਜਾਵੇ, ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਬੜੋਤਰੀ ਕੀਤੀ ਜਾਵੇ, ਠੇਕਾਦਾਰੀ ਪ੍ਰਥਾ ਖਤਮ ਕੀਤੀ ਜਾਵੇ, ਗੌਰਮੈਂਟ ਦੇ ਸਕੂਲ ਜੋ ਹੈ ਉਹਨਾਂ ਦੀਆਂ ਬਿਲਡਿੰਗਾਂ ਨਵੀਆਂ ਬਣਾਈਆਂ ਜਾਣ ਔਰ ਉਹਨਾਂ ਦੇ ਸਕੂਲਾਂ ਦੇ ਵਿੱਚ ਜੋ RO ਸਿਸਟਮ ਹੈ, ਜੋ ਪਾਣੀ ਦਾ ਸਿਸਟਮ ਹੈ, ਜੋ ਉਹਨਾਂ ਦੇ ਲਈ ਬੱਚਿਆਂ ਦੇ ਰੈਸਟ ਰੂਮ ਦੀ ਪ੍ਰੋਵੀਜ਼ਨ ਜ਼ਰੂਰੀ ਹੈ, ਉਹ ਕੀਤਾ ਜਾਵੇ। ਜੋ ਬਿਲਡਿੰਗਾਂ ਡਿੱਗ ਰਹੀਆਂ ਹਨ, ਉਹ ਬਿਲਡਿੰਗਾਂ ਦੀ ਰਿਪੇਅਰ ਕਰਕੇ ਬਿਲਡਿੰਗਾਂ ਨਵੀਆਂ ਬਣਾਈਆਂ ਜਾਣ, ਤਾਂ ਜੋ ਗਰੀਬ ਸਮਾਜ ਦਾ ਬੱਚਾ ਹੈ ਗੌਰਮੈਂਟ ਸਕੂਲਾਂ ਦੇ ਵਿੱਚ ਪੜ੍ਹ ਸਕੇ ਔਰ ਆਪਣਾ ਅੱਛਾ ਭਵਿੱਖ ਬਣਾ ਸਕੇ। ਅੱਜ ਸਾਡੀਆਂ ਸਰਕਾਰਾਂ ਸਿੱਧੇ ਤੌਰ 'ਤੇ ਨਹੀਂ ਕਰ ਰਹੀਆਂ, ਅਸਿੱਧੇ ਤੌਰ 'ਤੇ ਮਨੁਵਾਦੀ ਸੋਚ ਨੂੰ ਲੈ ਕੇ ਗੌਰਮੈਂਟ ਸਕੂਲ ਬੰਦ ਕਰ ਰਹੀਆਂ ਹਨ। ਪਿੱਛੇ ਸਰਕਾਰ ਆਈ, ਆਉਂਦੇ 800 ਸਕੂਲ ਬੰਦ ਕਰਤਾ, ਇਸ ਤੋਂ ਪਹਿਲਾਂ ਸਰਕਾਰ ਆਈ, ਆਉਂਦਿਆਂ ਹੀ ਉਹਨਾਂ ਨੇ 8ਵੀਂ ਤੱਕ ਬੱਚਿਆਂ ਨੂੰ ਨਾ ਫੇਲ ਕਰਨ ਦਾ ਇੱਕ ਬਹੁਤ ਹੀ ਵੱਡਾ ਤੁਗਲਕੀ ਫਰਮਾਨ ਜਾਰੀ ਕੀਤਾ। ਉਹ ਸਾਡੇ ਸਮਾਜ ਦੇ ਲਈ ਬਹੁਤ ਹੀ ਮੰਦਭਾਗਾ ਸੀ ਕਿ 8ਵੀਂ ਤੱਕ ਸਾਡਾ ਬੱਚਾ ਨਾ ਪੜ੍ਹੇ,
ਨਾ ਉਹਨੂੰ ਪਤਾ ਲੱਗੇ ਕਿਤਾਬਾਂ ਚ ਕੀ ਹੈ, ਸੱਚਾਈ ਕੀ ਹੈ, ਨਾ ਜਾ ਕੇ ਕਿ ਉਹ ਆਈਟੀ ਦੇ ਲੈਵਲ ਦੇ ਉਹ ਆਪਣੇ ਐਗਜ਼ਾਮ ਦੇ ਸਕਣ, ਉਹਨਾਂ ਨੂੰ ਇਹਨਾਂ ਨੇ ਵਾਂਝੇ ਕੀਤਾ ਸਿੱਧੇ ਤੌਰ ਤੇ। ਅਕਾਲੀ ਬੀਜੇਪੀ ਸਰਕਾਰ ਨੇ ਇਹ ਇੱਕ ਫਰਮਾਨ ਜਾਰੀ ਕੀਤਾ ਸੀ, ਪਿਛਲੇ 10 ਸਾਲ ਦੀ ਜੋ ਸਰਕਾਰ ਰਹੀ ਆ ਉਹਨਾਂ ਨੇ ਕਿਹਾ ਸੀ ਕਿ ਬੱਚਿਆਂ ਨੂੰ ਗਵਰਨਮੈਂਟ ਸਕੂਲਾਂ ਦੇ ਬੱਚਿਆਂ ਨੂੰ ਫੇਰ ਨਹੀਂ ਕਰਨਾ, ਔਰ ਉਹ ਬਹੁਤ ਹੀ ਮੰਦਭਾਗਾ ਬਿਆਨ ਸੀ। ਕਾਂਗਰਸ ਸਰਕਾਰ ਆਈ, ਆਂਦੇ ਨੇ 800 ਸਕੂਲ ਬੰਦ ਕਰਤਾ ਪੰਜਾਬ, ਰੈਸਟ ਜਿਹੜੀਆਂ ਬਿਲਡਿੰਗਾਂ ਹਨ ਟੁੱਟ ਰਹੀਆਂ ਹਨ। ਔਰ ਮੈਂ ਐਗਜ਼ਾਮਪਲ ਦੇ ਸਕਦੀ ਹਾਂ, ਇੱਥੇ ਮੋਖੇ ਪਿੰਡ ਹੈ ਔਰ ਉਹ ਪਿੰਡ ਦੇ ਵਿੱਚ ਜੋ ਦਰਖਤ ਲੱਗੇ ਦਰਖਤਾਂ ਤੋਂ ਸਨੇਕ ਜੋ ਸੱਪ ਹੈ ਉਹ ਲਟਕ ਰਹੇ ਹਨ, ਔਰ ਉੱਥੇ ਜੰਗਲ ਬਣਿਆ ਹੋਇਆ, ਕਮਰਿਆਂ ਦੀ ਛੱਤਾਂ ਦੇ ਉੱਪਰ 5-5 ਫੁੱਟ ਤੱਕ ਉੱਚਾ ਘਾਹ ਜੰਮਿਆ ਹੈ ਔਰ ਪੂਰੀ ਲੀਕੇਜ ਹੋ ਰਹੀਆਂ, ਪੂਰੀਆਂ ਦੀਵਾਰਾਂ ਕਰੈਕ ਹਨ, ਸਰਕਾਰਾਂ ਨਹੀਂ ਦੇਖ ਰਹੀਆਂ। ਅੱਖਾਂ ਬੰਦ ਕਰਕੇ ਸਾਡੇ ਲੋਕ ਜੋ ਬਾਬਾ ਸਾਹਿਬ ਅੰਬੇਡਕਰ ਦਿੱਤਾ ਹੋਇਆ ਅਧਿਕਾਰ ਵੋਟ ਪਾ ਕੇ ਇਹਨਾਂ ਨੂੰ ਚੁਣਦੇ ਹਨ, ਲੇਕਿਨ ਇਹ ਚੁਣਨ ਤੋਂ ਬਾਅਦ ਜੇ ਪਾਵਰ ਚਾਹੁੰਦੀਆਂ ਹਨ ਸਾਡੇ ਸਮਾਜ ਦੀ ਕੀ ਦਸ਼ਾ ਕਰਦੀਆਂ ਹਨ, ਅਗਰ ਅਸੀਂ ਹੁਣ ਵੀ ਨਾ ਸਮਝੇ ਤੇ 2019 ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪੋਤਾ ਜੀ ਨੇ ਕਿਹਾ ਕਿ 2019 ਤੱਕ ਸਾਡਾ ਸੰਵਿਧਾਨ ਬਦਲਣ ਦੀ ਤਾਕਤ ਇਹਨਾਂ 'ਚ ਨਹੀਂ ਹੈਗੀ, ਲੇਕਿਨ ਅਗਰ ਅਸੀਂ ਨਾ ਸੁਲਝੇ, ਅਸੀਂ ਨਾ ਜਾਗਰਤ ਹੋਏ, ਅਗਰ 2019 ਦੇ ਵਿੱਚ ਬੀਜੇਪੀ ਸਰਕਾਰ ਆ ਜਾਂਦੀ ਹੈ ਤੇ ਉਹਨਾਂ ਨੇ ਆਪਣੀ ਮਨੁਸਮ੍ਰਿਤੀ ਆਪਣਾ ਸੰਵਿਧਾਨ ਤਿਆਰ ਕੀਤਾ ਹੋਇਆ ਹੈ ਔਰ ਉਹਨਾਂ ਨੇ 2019 'ਚ ਪਾਵਰ 'ਚ ਆਉਂਦਾ ਹੀ ਸਭ ਤੋਂ ਪਹਿਲਾਂ ਤੁਹਾਡਾ ਸੰਵਿਧਾਨ ਬਦਲਣਾ ਹੈ, ਔਰ ਆਓ ਆਪਾਂ ਇਹਲੇ ਜਾਗਰਤ ਹੋਈਏ। 2019 ਤੋਂ ਪਹਿਲਾਂ ਇਹਨਾਂ ਨੇ ਸਾਡੇ 'ਤੇ ਦੰਗੇ ਕਰਨੇ ਹਨ, ਦੰਗੇ ਕਰਵਾਉਣੇ ਹਨ, ਸਾਡਾ ਨੌਜਵਾਨ ਜੋ ਪੀੜ੍ਹੀ ਹੈ ਇਹਨਾਂ ਨੂੰ ਉਹਨਾਂ ਨੇ ਜੇਲ੍ਹਾਂ 'ਚ ਬੰਦ ਕਰਨਾ ਹੈ, ਇਹਨਾਂ ਨੂੰ ਕੁੱਟਣਾ ਹੈ, ਇਹਨਾਂ ਨੂੰ ਮਾਰਨਾ ਹੈ, ਇਹਨਾਂ ਤਰ੍ਹਾਂ ਤਰ੍ਹਾਂ ਦੇ ਕੇਸ ਪਾਉਣੇ ਹਨ। ਆਪਾਂ ਇਹਨਾਂ ਦੀਆਂ ਜੋ ਮਨੁਵਾਦੀ ਸੋਚ ਦੀਆਂ ਮਾੜੀਆਂ ਹਰਕਤਾਂ ਹਨ ਅਸੀਂ ਉਹਨਾਂ ਨੂੰ ਧਿਆਨ ਨਾ ਦੇਈਏ ਔਰ ਆਪਾਂ 2019 ਦੀ ਤਿਆਰੀ ਕਰੀਏ ਕਿ ਆਪਾਂ ਨੇ ਵੋਟ ਬੀਜੇਪੀ ਸਰਕਾਰ ਨੂੰ ਨਹੀਂ ਪਾਉਣੀ, ਔਰ ਆਪਣੀਆਂ ਆਪਣੀਆਂ ਦੀਵਾਰਾਂ 'ਤੇ ਲਿਖ ਦਿਓ, ਆਪਣੇ ਮੁਹੱਲੇ 'ਚ ਲਿਖ ਦਿਓ ਕਿ ਬੀਜੇਪੀ ਦਾ ਦਲਿਤ ਸਮਾਜ ਦਾ ਪੂਰਾ ਬਾਈਕਾਟ। ਜੋ ਤੱਕ ਤੁਸੀਂ ਇਹ ਸ਼ਬਦ ਆਪਣੇ ਘਰਾਂ ਦੀਆਂ ਦੀਵਾਰਾਂ 'ਤੇ ਆਪਣੇ ਮੁਹੱਲੇ 'ਚ ਨਹੀਂ ਲਿਖਦੇ ਤੇ ਤੁਹਾਡੇ ਸਮਾਜ ਨੇ ਜਾਗਰਤ ਨਹੀਂ ਹੋਣਾ, ਕਿਉਂਕਿ ਇਹਨਾਂ ਕੋਲ ਪਲੈਨਿੰਗ ਆ, ਅੱਜ ਵੱਡੀ ਵੱਡੀ ਪਲੈਨਿੰਗ ਹੋ ਰਹੀ ਆ, ਸਾਡੇ ਸਮਾਜ ਦੇ ਲੋਕਾਂ ਨੂੰ ਮੰਦਿਰ ਬਣਾ ਕੇ ਦਿੱਤੇ ਜਾ ਰਹੇ ਹਨ, ਗੁਰਦੁਆਰੇ ਬਣਾ ਕੇ ਦਿੱਤੇ ਜਾਣ, ਕਿਉਂਕਿ ਪੈਸਾ ਕਮਾ ਰਹੇ ਲੋਕ, ਅਰਬਾਂ ਰੁਪਈਆ ਹੈ ਸਾਡੇ ਲੋਕਾਂ ਦੇ ਜੇਬਾਂ 'ਤੇ ਡਾਕਾ ਮਾਰਿਆ, ਗਰੀਬ ਸਮਾਜ ਦੇ ਲੋਕਾਂ ਦੇ ਡੀਮੋਨੀਟਾਈਜੇਸ਼ਨ ਕਰਕੇ ਉਹਨੇ ਜੇਬਾਂ 'ਚੋਂ ਪੈਸਾ ਕਢਾ ਲਿਆ। ਜੋ ਮੋਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਆਉਂਦਿਆਂ ਹੀ ਤੁਗਲਕ ਦੀ ਫਰਮਾਨ ਜਾਰੀ ਕੀਤਾ ਕਿ ਡੀਮੋਨੀਟਾਈਜੇਸ਼ਨ ਕੀਤੀ ਔਰ ਉਸ ਤੋਂ GST ਲਾ ਕੇ ਸਾਡੇ ਗਰੀਬ ਸਮਾਜ ਦਾ ਲੱਕ ਤੋੜ ਦਿੱਤਾ ਔਰ ਸਾਡੇ ਉਹ ਵੀਰ ਮੇਰੀਆਂ ਭੈਣਾਂ, ਬਜ਼ੁਰਗ ਮੇਰੀਆਂ ਮਾਤਾਵਾਂ ਉਹ ਜੀਣ ਜੋਗੀਆਂ ਨਹੀਂ ਰਹੀਆਂ, ਜਿਨ੍ਹਾਂ ਨੇ ਇੱਕ ਇੱਕ ਪੈਨੀ ਇਕੱਠੀ ਕਰਕੇ ਆਪਣੇ ਉਸ ਟਾਈਮ ਦੇ ਲਈ ਇਕੱਠਾ ਕੀਤਾ ਸੀ ਕਿ ਕਿਸੇ ਵੇਲੇ ਘਰ 'ਚ ਕੋਈ ਇਹੋ ਜਿਹੀ ਬਿਮਾਰੀ ਪੈਦਾ ਹੋ ਜਾਂਦੀ ਆ, ਸਾਡੇ ਕੋਈ ਵਿਆਹ ਸ਼ਾਦੀ ਆ ਜਾਂਦਾ ਹੈ, ਅਸੀਂ ਇਸ ਪੈਸੇ ਦਾ ਉਸ ਦਾ ਯੂਜ਼ ਕਰੀਏ। ਲੇਕਿਨ ਅੱਜ ਜਿਨ੍ਹਾਂ ਨੇ ਉਹ ਜੋ ਪੁਰਾਣੀ ਪ੍ਰਥਾ ਸੀ ਕਿ ਤੁਸੀਂ ਕਰਜ਼ਾ ਚੁੱਕੋ, ਲੋਨ ਲਓ, ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕਰੋ, ਆਪਣੇ ਬੱਚਿਆਂ ਨੂੰ ਪੜ੍ਹਾਓ ਔਰ ਸਾਰੀ ਜ਼ਿੰਦਗੀ ਤੁਸੀਂ ਕਰਜ਼ਾ ਵਾਪਸ ਕਰਦੇ ਰਹੋ, ਕੀ ਹੈ ਇਹ, ਕੀ ਸੋਚ ਹੈ? ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜੋ ਇਕੁਐਲਿਟੀ ਦੀ ਗੱਲ ਕੀਤੀ ਸੀ, ਅੱਜ ਭਾਰਤੀ ਸੰਵਿਧਾਨ ਅਸੀਂ ਕਹਿੰਦੇ ਲਾਗੂ ਹੋ ਗਿਆ, ਅਗਰ ਲਾਗੂ ਹੋ ਗਿਆ ਤੇ ਅੱਜ ਅਨਇਕੁਐਲਿਟੀ ਕਿਉਂ ਹੈ, ਅੱਜ ਜਾਤ ਪਾਤ ਦਾ ਵਿਤਕਰਾ ਕਿਉਂ ਹੈ? ਔਰ ਇਹ ਲੋਕ ਕਹਿੰਦੇ ਆ ਕਿ ਅਸੀਂ ਹੱਕ ਦੀ ਕਮਾਈ ਖਾਂਦੇ ਆ, ਅਸੀਂ ਹਲਾਲ ਦੀ ਕਮਾਈ ਖਾਂਦੇ ਆ, ਅਸੀਂ ਮੂੰਗੀ ਮਸੇ ਦਾਣਾ ਰੋਟੀ ਖਾਂਦੇ ਆ। ਅੱਜ RSS ਦਾ ਚੀਫ ਮੋਹਨ ਭਾਗਵਤ ਜੀ, ਉਹਦੇ ਜੋ ਸਾਡੇ ਹੀ ਲੋਕ ਉਹਦੇ ਨਾਲ ਜੁੜੇ ਹੋਏ, ਉਹ ਕਹਿੰਦੇ ਸਾਡੇ ਤਾਂ ਜੀ ਅਸੀਂ ਸੁੱਕੀ ਰੋਟੀ ਤੇ ਮੂੰਗੀ ਮਸੇ ਦਾਣਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਜਿਹੜਾ ਪਰਾਇਆ ਹੱਕ ਖਾਂਦੇ ਹੈ ਉਹ ਸੂਰ ਦਾ ਮਾਸ ਦਾ ਉਹ ਮਾਸ ਖਾਂਦੇ ਹੈ। ਇਹ ਕਿਵੇਂ ਕਹਿ ਸਕਦੇ ਕਿ ਅਸੀਂ ਵੈਸ਼ਨੋ ਆ? ਇਹ ਵੈਸ਼ਨੋ ਨਹੀਂ ਹੈ, ਇਹ ਸਾਡੇ ਲੋਕਾਂ ਦਾ ਖੂਨ ਪੀ ਰਹੇ ਹਨ ਔਰ ਸਿੱਧੇ ਤੌਰ ਤੇ ਨਹੀਂ ਅਸਿੱਧੇ ਤੌਰ ਤੇ ਪੀ ਰਹੇ ਹਨ। ਅੱਜ ਚੀਫ ਮੋਹਨ ਭਾਗਵਤ ਜੀ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ 3 ਦਿਨ ਰਹਿ ਕੇ ਗਏ ਹਨ ਔਰ ਸਾਡੇ
ਸਾਡੇ ਡੇਰਿਆਂ ਨੂੰ ਜੋ ਸਾਡੇ ਧਾਰਮਿਕ ਡੇਰੇ ਹਨ ਉਹਨਾਂ ਦੇ ਮੈਸੇਜ ਲਗਾ ਰਹੇ ਹਨ ਕਿ ਮੋਹਨ ਭਾਗਵਤ ਜੀ ਤੁਹਾਨੂੰ ਮੀਟਿੰਗ ਕਰਨਾ ਚਾਹੁੰਦੇ ਆ ਔਰ ਸਾਡੇ ਕੋਲ ਆਓ। ਇਹ ਕੀ ਸੋਚ ਹੈ? ਮੈਂ ਚਾਹੁੰਦੀ ਹਾਂ ਕਿ ਸਾਡੇ ਜੋ ਧਾਰਮਿਕ ਆਗੂ ਹਨ, ਜੋ ਸਾਡੇ ਰਾਜਨੀਤਿਕ ਆਗੂ ਹਨ, ਜੋ ਸਾਡੇ ਸਮਾਜਿਕ ਆਗੂ ਹਨ, ਇਹਨਾਂ ਚੀਜ਼ਾਂ ਨੂੰ ਸੋਚੋ, ਵਿਚਾਰੋ। ਇੱਕ ਐਡੀ ਦੂਰ ਨਾਗਪੁਰ ਤੋਂ ਚੱਲ ਕੇ ਜਲੰਧਰ 'ਚ ਸਕੂਲ 'ਚ ਬੈਠ ਗਏ ਔਰ ਕਿਸੇ ਡੇਰੇ 'ਚ ਜਾਣ ਦੀ ਉਹਦੀ ਜ਼ਰੂਰਤ ਨਹੀਂ ਹੈ। ਡੇਰੇ ਵਾਲਿਆਂ ਨੂੰ ਮੈਸੇਜ ਲੱਗ ਰਿਹਾ ਕਿ ਮੇਰੇ ਨਾਲ ਕੇ ਮੀਟਿੰਗ ਕਰੋ। ਵਟ ਨੌਨਸੈਂਸ! ਕਿਸ ਵਾਸਤੇ? ਅਸੀਂ ਆਪਣੇ ਨਾਲ ਗੁਲਾਮ ਬਣਨਾ ਚਾਹੁੰਦੇ ਹਾਂ। ਅਗਰ ਤੁਸੀਂ ਗੁਲਾਮੀ ਦੀਆਂ ਜੰਜੀਰਾਂ ਤੋੜਨਾ ਚਾਹੁੰਦੇ ਹੋ ਜਿਹੜੀਆਂ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਦੇ ਮਾਧਿਅਮ ਤੋਂ ਤੋੜੀਆਂ, ਤੇ ਸਾਨੂੰ ਇਹਨਾਂ ਚੀਜ਼ਾਂ ਦਾ, ਇੱਕ ਇੱਕ ਮਿੰਟ ਦਾ, ਇੱਕ ਇੱਕ ਸਟੈਪ ਦਾ, ਸਾਨੂੰ ਇਹਨਾਂ ਦਾ, ਇਹਨਾਂ ਦੇ ਸਾਹ ਲੈ ਦਾ ਪਤਾ ਹੋਣਾ ਚਾਹੀਦਾ ਹੈ। ਇਹ ਸਾਡੇ ਬਾਰੇ ਕੀ ਸੋਚ ਰਹੇ ਹਨ? ਜਦੋਂ ਤੱਕ ਅਸੀਂ ਇੱਥੋਂ ਤੱਕ ਨਹੀਂ ਸੋਚਾਂਗੇ ਤੇ ਅਸੀਂ ਇਹਨਾਂ ਮਨੁਵਾਦੀ ਲੋਕ ਦੇ, ਸੋਚ ਦੇ ਲੋਕਾਂ ਦੇ ਅਸੀਂ ਗੁਲਾਮ ਬਣ ਕੇ ਰਹਿ ਜਾਵਾਂਗੇ। ਅਗਰ ਤੁਸੀਂ ਆਪਣੀ ਜ਼ਿੰਦਗੀ ਆਜ਼ਾਦੀ ਦੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ, ਆਪਣੇ ਬੱਚਿਆਂ ਦੀ, ਜੋ ਆਉਣ ਵਾਲਾ ਸਾਡਾ ਬੱਚਾ ਹੈ, ਪੀੜ੍ਹੀ ਹੈ, ਉਹਨਾਂ ਨੂੰ ਤੁਸੀਂ ਆਜ਼ਾਦੀ ਦੀ ਜ਼ਿੰਦਗੀ ਦੇਣਾ ਚਾਹੁੰਦੇ ਹੋ, ਤੇ ਆਓ ਆਪਾਂ ਇਹਨਾਂ ਮਨੁਵਾਦੀ ਸੋਚ ਦੀ ਲੋਕਾਂ ਦੀ, ਅਸੀਂ ਇਹਨਾਂ ਦੀ ਸੋਚ, ਅਸੀਂ ਇਹਨਾਂ ਦੀ ਵਿਚਾਰ ਨੂੰ ਦੇਖੀਏ, ਦੇਖ ਕੇ ਅਸੀਂ ਆਪਣੇ ਸਮਾਜ ਨੂੰ ਜਾਗਰਤ ਕਰੀਏ। ਸਾਨੂੰ ਵਿਰੋਧ ਤਾਂ ਕਰਨ ਦੀ ਲੋੜ ਨਹੀਂ ਹੈ, ਉਹ ਬਹੁਤ ਕੁਛ ਕਰ ਰਹੇ ਹਨ ਆਪਣੇ ਸਮਾਜ ਲੈ ਕੇ ਕਰ ਰਹੇ ਨੇ, ਲੇਕਿਨ ਜੋ ਸਾਡੇ ਸਮਾਜ ਵਿੱਚ ਗਦਾਰ ਸਾਡੇ ਲੋਕ ਬੈਠੇ ਹਨ, ਉਹਨਾਂ ਨੂੰ ਲਾਂਟਾਂ ਪਾਓ ਘਰ ਜਾ ਕੇ ਕਿ ਆਓ ਆਪਣੇ ਸਮਾਜ ਦੀ ਬਾਂਹ ਪੜੋ। ਅਗਰ ਤੁਹਾਡੇ ਇਲੈਕਸ਼ਨ ਦੇ ਵਿੱਚ ਤੁਹਾਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਹਨ, ਇਹ ਤੁਹਾਨੂੰ ਜੋ ਆਰਕਸ਼ਣ ਮਿਲਿਆ ਬਾਬਾ ਸਾਹਿਬ ਅੰਬੇਡਕਰ ਦਾ, ਉਹਦੇ ਮਾਧਿਅਮ ਤੋਂ ਟਿਕਟਾਂ ਦਿੱਤੀਆਂ ਜਾਂਦੀਆਂ ਹਨ, ਤੁਹਾਡੀ ਇਹ ਟਿਕਟ ਖੋ ਨਹੀਂ ਸਕਦੇ। ਅਗਰ ਤੁਸੀਂ ਇਹਨਾਂ ਦੀ ਪਾਰਟੀ ਛੱਡ ਕੇ ਆ ਜਾਓਗੇ, ਮਜ਼ਬੂਰ ਹੋ ਜਾਣਗੇ ਤੁਹਾਡੀਆਂ ਮੰਗਾਂ ਮੰਨਣ ਦੇ ਲਈ। ਪਰ ਸਾਡੀ ਜ਼ਰੂਰਤ ਨਹੀਂ ਹੈ, ਅਸੀਂ ਜ਼ਰੂਰਤ ਕਰ ਨਹੀਂ ਰਹੇ, ਸਾਡੀ ਜ਼ਰੂਰਤ ਹੋਣੀ ਚਾਹੀਦੀ ਹੈ। ਔਰ ਅੱਜ ਸਾਡਾ ਸਮਾਜ ਘੁੰਮ ਰਿਹਾ ਫਿਰ ਰਿਹਾ ਕਿ ਕਿੱਧਰ ਜਾਈਏ, ਕਿਤੇ ਸੋਚਣ ਦੀ ਜ਼ਰੂਰਤ ਨਹੀਂ ਹੈ। ਇਕੱਤਰਤ ਹੋ ਜਾਓ, ਇਕੱਠੇ ਹੋ ਜਾਓ, ਆਪਣੀ 2019 ਦੀ ਤਿਆਰੀ ਕਰ ਲਓ। ਜੇ 2019 ਦੀ ਤਿਆਰੀ ਨਾ ਕੀਤੀ ਤੇ ਉਹ ਜੋ ਮਨੁ ਸਮ੍ਰਿਤੀ ਸੀ, ਉਹੀ ਮੇਰੀਆਂ ਭੈਣਾਂ, ਜੇ ਮੈਂ ਤੁਹਾਨੂੰ ਉਹ ਗੱਲਾਂ ਦੱਸਣ ਸ਼ੁਰੂ ਕਰ ਦਾਂ ਜੋ ਸਾਡੇ ਸਮਾਜ ਦੇ ਵਿਧੀਆਂ, ਔਰ ਮੈਂ, ਤੁਸੀਂ ਤਾਂ ਹਾਂ ਮਾਰ ਕੇ ਰੋ ਜਾਓਗੇ। ਸਾਡੀਆਂ ਭੈਣਾਂ ਨੂੰ ਕੱਪੜਾ ਪਾਉਣ ਦਾ ਅਧਿਕਾਰ ਨਹੀਂ ਸੀ, ਪੜ੍ਹਨ ਦਾ ਅਧਿਕਾਰ ਨਹੀਂ ਸੀ, ਬਰਾਬਰ ਤੁਰਨ ਦਾ ਅਧਿਕਾਰ ਨਹੀਂ ਸੀ, ਸ਼ਾਦੀ ਕਰਾਉਣ ਦਾ ਅਧਿਕਾਰ ਨਹੀਂ ਸੀ। ਅਗਰ ਵਿਧਵਾ ਹੋ ਜਾਂਦੀ ਸੀ, ਨਾਲੇ ਪਤੀ ਦੇ ਨਾਲ ਸਾਥ ਦਿੱਤਾ ਜਾਂਦਾ ਸੀ। ਵਿਧਵਾ ਲੇਡੀ ਦੇ ਉੱਤੇ ਇਹਨਾਂ ਦੀਆਂ ਖੰਦੀਆਂ ਨਜ਼ਰਾਂ ਪੈਂਦੀਆਂ ਸਨ। ਸ਼ਾਦੀ ਤੋਂ ਪਹਿਲਾਂ ਆਪਣੀ ਪਹਿਲਾ ਬੱਚਾ ਇਹਨਾਂ ਨੂੰ ਕੁਰਬਾਨ ਕਰਨਾ ਪੈਂਦਾ ਸੀ, ਜੋ ਇਹਨਾਂ ਮਨੁਵਾਦੀ ਸੋਚ ਦੇ ਲੋਕਾਂ ਸੀ। ਕਿਹੜਾ ਆਪਣੇ ਜਿਗਰ ਦਾ ਟੁਕੜਾ ਖਤਮ ਕਰ ਦੇਗਾ, ਔਰ ਖਤਮ ਕਰਨਾ ਪੈਂਦਾ ਸੀ, ਮਜ਼ਬੂਰੀ ਸੀ। ਔਰ ਸਾਡੇ ਸਮਰਾਟ ਅਸ਼ੋਕ ਜੀ ਮਹਾਰਾਜ, ਜਿਨ੍ਹਾਂ ਨੇ ਅੱਜ ਦੇ ਦਿਨ ਕਲਿੰਗਾ ਦਾ ਯੁੱਧ ਜਿੱਤਿਆ ਸੀ, ਜਿੱਤ ਕੇ ਉਹਨਾਂ ਦੇ ਅੰਦਰ ਇੱਕ ਵੈਰਾਗ ਪੈਦਾ ਹੋ ਗਿਆ, ਜਾਂ ਲਾਸ਼ਾਂ ਪਈਆਂ ਦੇਖੀਆਂ ਤੇ ਉਹਨਾਂ ਤੋਂ ਰਿਹਾ ਨਹੀਂ ਗਿਆ, ਬੜਾ ਯੋਧਾ, ਬੜਾ ਬਹਾਦਰ। ਅਗਰ ਉਹ ਤਿਆਗ ਨਾ ਕਰਦੇ ਤੇ ਅੱਜ ਸਾਡਾ ਦੇਸ਼ ਦੇ ਵਿੱਚ ਜੋ ਸਾਡਾ ਦਲਿਤ ਸਮਾਜ ਹੈ, ਕਦੇ ਗੁਲਾਮ ਨਾ ਬਣਦਾ, ਕਿਉਂਕਿ ਉਹਦੇ ਜਿੰਨਾ ਕੋਈ ਯੋਧਾ, ਕੋਈ ਤਾਕਤਵਰ ਬੰਦਾ ਨਹੀਂ ਸੀ। ਅਸ਼ੋਕ ਜੀ ਮਹਾਰਾਜ ਨੇ ਜਿਸ ਦਿਨ ਇਹ ਅਹਿੰਸਾ ਦਾ ਤਿਆਗ ਕਰਕੇ ਅਹਿੰਸਾ ਦਾ ਰਸਤਾ ਅਪਣਾਇਆ, ਇਹ ਲੋਕਾਂ ਨੇ ਦੇਖਿਆ ਕਿ ਇਹਨਾਂ ਕੋਈ ਯੋਧਾ ਨਹੀਂ ਰਿਹਾ, ਇਹਨਾਂ ਨੇ ਫਟਾਫਟ ਹਥਿਆਰ ਬੰਦ ਹੋਣਾ ਸ਼ੁਰੂ ਹੋ ਗਏ, ਹਥਿਆਰ ਰੱਖਣੇ ਸ਼ੁਰੂ ਹੋ ਗਏ, ਔਰ ਸਾਡੇ ਲੋਕਾਂ ਨੂੰ ਗੁਲਾਮ ਬਣਾਉਣ ਦੇ ਲਈ ਇਹਨਾਂ ਨੇ ਨਵੀਆਂ ਯੋਜਨਾ ਬਣਾਈਆਂ। ਅਸ਼ੋਕ ਸਮਰਾਟ ਜੀ ਨੇ ਅੱਜ ਦੇ ਦਿਨ ਬੁੱਧ ਧਰਮ ਅਡੋਪਟ ਕੀਤਾ ਸੀ, ਔਰ ਅੱਜ ਦੇ ਦਿਨ ਨੂੰ ਅਸੀਂ ਵਿਜੈ ਦਸ਼ਮੀ ਦਾ ਦਿਨ ਵੀ ਮਨਾਉਂਦੇ ਹਾਂ, ਕਿਉਂਕਿ ਉਹਨਾਂ ਨੇ ਕਲਿੰਗਾ ਦੇ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਸਾਡੇ ਇਤਿਹਾਸਕ ਦਿਨ ਹੈ, ਇਹਨਾਂ ਨੂੰ ਸਾਨੂੰ ਮਨਾਉਣਾ ਚਾਹੀਦਾ ਹੈ। ਅੱਜ ਅਸੀਂ ਇਕੱਤਰ ਹੋਏ ਹਾਂ, ਮੈਨੂੰ ਬੜੀ ਖੁਸ਼ੀ ਹੈ। ਜਿੰਨੇ ਬੈਠੇ ਹਨ, ਇਹ ਸਾਰੇ ਕ੍ਰਾਂਤੀਕਾਰੀ ਵੀਰ ਬੈਠੇ ਹਨ, ਬੜੇ ਜੁਝਾਰੂ ਹਨ, ਮੇਰੀਆਂ ਭੈਣਾਂ ਜਿਨ੍ਹਾਂ ਨੂੰ ਗੁਲਾਮੀ 'ਚ ਰਹਿਣਾ, ਘਰਾਂ 'ਚ ਬੈਠੇ ਹਨ, ਜਿਨ੍ਹਾਂ ਨੂੰ ਆਜ਼ਾਦੀ 'ਚ ਚਾਹੀਦੀ ਹੈ, ਉਹ ਬਾਹਰ ਸੜਕਾਂ 'ਤੇ ਘੁੰਮ ਰਹੇ ਹਨ ਔਰ ਆਪਣੇ ਪ੍ਰੋਟੈਸਟ ਕਰ ਰਹੇ ਹਨ, ਆਪਣੀਆਂ ਮੀਟਿੰਗਾਂ ਕਰ ਰਹੇ ਹਨ। ਮੈਂ ਇੰਨਾ ਹੀ ਕਹਿੰਦੀ ਹੋਈ, ਕਿਉਂਕਿ ਬਹੁਤ ਸਮਾਂ ਹੋ ਗਿਆ। ਮੇਰੇ ਵੀਰਾਂ ਨੇ ਬੜਾ ਵੱਡੀਆਂ ਵੱਡੀਆਂ ਪਲੈਨਿੰਗ ਕਰਨੀਆਂ, ਕਿਉਂਕਿ ਉਹਨਾਂ ਨੇ
ਭਗਵਾਨ ਵਾਲਮੀਕ ਜੀ ਮਹਾਰਾਜ ਦਾ ਜੋ ਜਨਮ ਦਿਨ ਆ ਰਿਹਾ, ਉਹਨਾਂ ਸ਼ੋਭਾ ਯਾਤਰਾ ਤਿਆਰੀਆਂ ਹਨ। ਸਾਡੇ ਬਹੁਤ ਹੀ ਸਤਿਕਾਰਯੋਗ ਜਗਬਾਣੀ ਤੋਂ ਸ਼੍ਰੀ ਅਮਰਨਾਥ ਮਹਿਰ ਜੀ ਪਹੁੰਚੇ ਹਨ, ਉਹਨਾਂ ਸਾਥੀ ਪਹੁੰਚੇ ਹਨ। ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਇੱਥੇ ਵੈਲਕਮ ਕਰਦੇ ਹਾਂ। ਮੇਰੇ ਭਾਈ ਸਾਹਿਬ ਆਏ ਨੇ, ਉਹਨਾਂ ਦਾ ਵੀ ਵੈਲਕਮ ਕਰਦੇ ਹਾਂ। ਔਰ ਮੈਂ ਅੱਜ ਆਪਣੀਆਂ ਭੈਣਾਂ ਤੋਂ ਇੱਕ ਭੀਖ ਮੰਗਣਾ ਚਾਹੁੰਦੀ ਹਾਂ, ਆਪਣੇ ਵੀਰਾਂ ਤੱਕ ਭੀਖ ਮੰਗਣਾ ਚਾਹੁੰਦੀ ਹਾਂ ਕਿ ਆਓ ਆਪਾਂ ਆਪਣੀ ਸੋਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਸੋਚ ਦੇ ਨਾਲ ਤੁਰ ਕੇ ਆਪਣੇ ਸਮਾਜ ਨੂੰ, ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇਈਏ, ਉਹਨਾਂ ਦੇ ਵਿੱਚ ਸੰਸਕਾਰ ਪੈਦਾ ਕਰੀਏ ਕਿ ਆਪਾਂ ਨੇ ਇਹਨਾਂ ਲੋਕਾਂ ਦੇ ਪਿੱਛੇ ਲੱਗ ਕੇ ਆਪਣਾ ਸਮਾਂ ਖਰਾਬ ਨਹੀਂ ਕਰਨਾ। ਸਭ ਤੋਂ ਜ਼ਿਆਦਾ ਜੇਲ੍ਹਾਂ ਦੇ ਵਿੱਚ ਸਾਡੇ ਸਮਾਜ ਦੇ ਮੇਰੇ ਯੰਗ ਵੀਰ ਭਰੀਆਂ ਪਈਆਂ ਨੇ ਜੇਲ੍ਹਾਂ, ਅਸੀਂ ਉਹਨਾਂ ਨੂੰ ਬਾਹਰ ਕਢਾਉਣਾ। ਅਸੀਂ ਇਹਨਾਂ ਲੋਕਾਂ ਦੇ ਪਿੱਛੇ ਲੱਗ ਕੇ ਦੰਗੇ ਫਸਾਦਾਂ 'ਚ ਨਹੀਂ ਪੈਣਾ, ਅਸੀਂ ਆਪਣਾ ਸਮਾਂ ਵੇਸਟ ਨਹੀਂ ਕਰਨਾ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਇਹਦੇ ਵਿਰੁੱਧ ਕੀਤਾ ਸੀ ਕਿ ਅਸੀਂ ਖੂਨ ਨਹੀਂ ਵਹਾਉਣਾ। ਮੇਰਾ ਸਮਾਜ ਬਹੁਤ ਗਰੀਬ ਹੈ, ਮੇਰਾ ਸਮਾਜ ਬਹੁਤ ਗਰੀਬ ਹੈ, ਇਹਦੇ ਕੋਲ ਸੱਤਾ ਨਹੀਂ ਹੈ, ਇਹਦੇ ਕੋਲ ਪਾਵਰ ਨਹੀਂ, ਇਹਦੇ ਕੋਲ ਪੈਸਾ ਨਹੀਂ ਹੈ। ਉਹਨਾਂ ਨੇ ਕਰਮ ਦੀ ਲੜਾਈ ਲੜੀ, ਭਗਵਾਨ ਵਾਲਮੀਕ ਜੀ ਮਹਾਰਾਜ ਨੇ ਕਰਮ ਦੀ ਲੜਾਈ ਲੜੀ, ਸਤਿਗੁਰ ਕਬੀਰ ਜੀ ਮਹਾਰਾਜ ਨੇ ਕਰਮ ਦੀ ਲੜਾਈ ਲੜੀ, ਸ਼੍ਰੀ ਗੁਰਦਾਸ ਜੀ ਮਹਾਰਾਜ ਨੇ ਕਰਮ ਦੀ ਲੜਾਈ ਲੜੀ। ਕਬੀਰ ਜੀ ਮਹਾਰਾਜ ਨੇ ਕਿਹਾ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਹਾਟ ਵਾਟ ਕਾਹੇ ਕੋ ਨਹੀਂ ਆਇਆ। ਅਗਰ ਤੂੰ ਆਪਣੇ ਨੂੰ ਬਹੁਤ ਵੱਡਾ ਵਿਦਵਾਨ ਸਮਝਦਾ ਤੇ ਤੇਰਾ ਜਨਮ ਲੈਣ ਦਾ ਤਰੀਕਾ ਹੋਰ ਕਿਉਂ ਨਾ ਹੋਇਆ, ਤੇਰਾ ਮਰਨ ਦਾ ਤਰੀਕਾ ਹੋਰ ਕਿਉਂ ਨਹੀਂ ਸੀਗਾ। ਕਬੀਰ ਜੀ ਮਹਾਰਾਜ ਦੀ ਬਾਣੀ ਕ੍ਰਾਂਤੀਕਾਰੀ, ਔਰ ਉਹਨਾਂ ਨੇ ਇਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਇਹਨਾਂ ਲੋਕਾਂ ਨੂੰ। ਪਰ ਅਸੀਂ, ਸਾਡੀ ਜੋ ਬਦਨਸੀਬੀ ਹੈ, ਅਸੀਂ ਉਹਨਾਂ ਮਹਾਂਪੁਰਖਾਂ ਦੀ ਬਾਣੀ ਨਹੀਂ ਪੜ੍ਹਦੇ, ਉਹਨਾਂ ਨੂੰ ਪੜ੍ਹ ਕੇ ਉਹਨਾਂ 'ਤੇ ਅਮਲ ਨਹੀਂ ਕਰ ਗਏ। ਅਗਰ ਤੁਸੀਂ ਸਤਿਗੁਰ ਕਬੀਰ ਜੀ ਮਹਾਰਾਜ, ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ ਸਤਿਗੁਰ ਕਬੀਰ ਜੀ ਮਹਾਰਾਜ ਦੀ, ਔਰ ਉਹਨਾਂ ਨੇ ਕਿਹਾ ਸੀ ਕਿ ਮੈਂ ਕਿਹਦੇ ਵਿਸ਼ਵਾਸ ਕਰਦਾ ਜੋ ਮੈਂ ਅੱਖੀ ਦੇਖ ਲੈਂਦਾ, ਮੈਂ ਕਿਤਾਬਾਂ 'ਤੇ ਪਿੱਛੇ ਕੀ ਹੋ ਰਿਹਾ, ਇੱਧਰ ਕੀ ਹੋ ਰਿਹਾ, ਮੈਂ 'ਤੇ ਵਿਸ਼ਵਾਸ ਨਹੀਂ ਕਰਦਾ, ਜਿਹਨੂੰ ਮੈਂ ਆਪਣੇ ਅੱਖ ਨਾਲ ਦੇਖ ਲਿਆ ਮੈਂ ਉਹਨੂੰ ਸੱਚ ਮੰਨਦਾ, ਇਹ ਕਬੀਰ ਜੀ ਮਹਾਰਾਜ ਨੇ ਆਪਣੀ ਬਾਣੀ ਲਿਖੀ ਹੋਈ ਆ। ਦੱਸੋ ਆਪਾਂ ਜਿਹੜੇ ਇਹਨਾਂ ਦੇ ਲਿਖੇ ਹੋਏ ਗ੍ਰੰਥ ਹਨ, ਅਸੀਂ ਉਹਨਾਂ ਨੂੰ ਤਿਆਗ ਕਰਕੇ ਆਪਣੇ ਮਹਾਂਪੁਰਖਾਂ ਦੇ ਜੋ ਲਿਖੇ ਹੋਏ ਗ੍ਰੰਥ ਹਨ, ਉਹਨਾਂ ਦੀ ਜੁਬਾਣੀ ਹੈ, ਸਾਡਾ ਸਭ ਤੋਂ ਵੱਡਾ ਪਵਿੱਤਰ ਗ੍ਰੰਥ ਆ ਸਾਡਾ ਭਾਰਤ ਦਾ ਸੰਵਿਧਾਨ। ਬਾਬਾ ਸਾਹਿਬ ਨੇ ਕਿਹਾ ਸੀ ਕਿ ਮੈਂ ਤਦ ਤੱਕ ਤੁਹਾਡੇ ਵਿੱਚ ਜ਼ਿੰਦਾ ਹਾਂ ਜਦ ਤੱਕ ਮੇਰਾ ਸੰਵਿਧਾਨ ਜ਼ਿੰਦਾ ਹੈ। ਅਗਰ ਤੁਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਆਪਣੇ ਵਿੱਚ ਦੇਖਣਾ ਚਾਹੁੰਦੇ ਹਾਂ, ਆਓ ਅੱਜ ਆਪਾਂ ਪਰਣ ਕਰੀਏ ਉਹਨਾਂ ਦੇ ਧਰਮ ਪਰਿਵਰਤਨ ਦਿਵਸ 'ਤੇ, ਆਪਾਂ ਪਰਣ ਕਰੀਏ ਕਿ ਆਪਾਂ ਜਿੰਦ ਜਾਨ ਲਾ ਦੇਣੀਆਂ, ਕੁਰਬਾਨੀਆਂ ਦੇਣੀਆਂ, ਪਹਿਲਾਂ ਕੁਰਬਾਨੀਆਂ ਦੇ ਦੇਣੀਆਂ ਚਾਹੀਦੀਆਂ। ਅਸੀਂ ਭਾਰਤ ਦਾ ਸੰਵਿਧਾਨ ਕਿਸੇ ਵੀ ਕੀਮਤ 'ਤੇ ਬਦਲਣ ਨਹੀਂ ਦੇਣਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਆਏ ਹੋਏ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਔਰ ਉਮੀਦ ਕਰਦੀ ਹਾਂ ਕਿ ਆਪਾਂ ਅੱਜ ਤੋਂ ਪਰਣ ਕਰੀਏ ਕਿ ਆਪਾਂ ਬਾਬਾ ਸਾਹਿਬ ਦੇ ਪੁੱਤਰ, ਉਹਨਾਂ ਦੇ ਸਪੁੱਤਰ ਬਣ ਕੇ ਆਪਾਂ ਅੱਜ ਕੰਮ ਕਰੀਏ। ਜੈ ਭੀਮ, ਜੈ ਭਾਰਤ, ਜੈ ਗੁਰਦੇਵ। 23 ਤਰੀਕ ਨੂੰ ਜਲੰਧਰ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਰੂਪ ਵਿੱਚ ਮਨਾਇਆ ਜਾ ਰਿਹਾ ਹੈ, ਔਰ ਸਾਰੇ ਹੀ ਮੈਂ ਇਲਾਕਾ ਨਿਵਾਸੀ ਲੋਕਾਂ ਨੂੰ, ਦੇਸ਼ ਵਿਦੇਸ਼ ਦੇ ਵਿੱਚ ਰਹਿੰਦੇ ਲੋਕਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ, ਔਰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਯਾਤਰਾ ਦੇ ਵਿੱਚ ਪਹੁੰਚ ਕੇ ਯਾਤਰਾ ਦੀ ਸ਼ੋਭਾ ਨੂੰ ਬਣਾਓ ਔਰ ਨਸ਼ੇ ਦਾ ਤਿਆਗ ਕਰੋ। ਮੈਂ ਸਭ ਤੋਂ ਵੱਡੀ ਅਪੀਲ ਇਹ ਕਰਨਾ ਚਾਹੁੰਦੀ ਹਾਂ ਕਿ ਉਸ ਦਿਨ ਸਾਰੇ ਹੀ ਸਾਥੀ ਇੱਕ ਪਰਣ ਕਰ ਲੈਣ ਕਿ ਆਪਾਂ ਸ਼ੋਭਾ ਯਾਤਰਾ ਦੇ ਵਿੱਚ ਨਸ਼ਾ ਦਾ ਜੋ ਸੇਵਨ ਹੈ ਬਿਲਕੁਲ ਵੀ ਨਹੀਂ ਕਰਨਾ ਹੈ। ਇਹੀ ਉਹਨਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਦੁਬਾਰਾ ਸਾਰੇ ਹੀ ਦੇਸ਼ ਵਾਸੀਆਂ ਨੂੰ, ਬਾਹਰ ਰਹਿੰਦੇ ਆਪਣੇ ਭੈਣਾਂ ਭਰਾਵਾਂ ਨੂੰ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਮੁਬਾਰਕਬਾਦ। ਭਾਰਤੀ ਰਿਪਬਲਿਕਨ ਪਾਰਟੀ ਵੱਲੋਂ ਸ਼੍ਰੀ ਪ੍ਰਕਾਸ਼ ਰਾਮ ਅੰਬੇਡਕਰ ਜੀ ਵੱਲੋਂ, ਸ਼੍ਰੀ ਓਪੀ ਇੰਦਲ ਜੀ ਵੱਲੋਂ, ਔਰ ਸਾਡੇ ਪਾਰਟੀ ਦੇ ਪੰਜਾਬ ਯੂਨਿਟ ਦੇ ਸਾਰੇ ਹੀ ਅਹੁਦੇਦਾਰਾਂ ਵੱਲੋਂ ਲੱਖ ਲੱਖ ਮੁਬਾਰਕਬਾਦ। ਜੈ ਭੀਮ, ਜੈ ਭਾਰਤ, ਜੈ ਵਾਲਮੀਕਿ, ਜੈ ਗੁਰੂ ਦਾਸ।